ਅਸਲਾਮੁਅਲੈਕਮ ਦੋਸਤੋ, ਮੈਂ ਤੁਹਾਡਾ ਬਾਈ ਮੁਹੰਮਦ ਆਸਿਫ ਖਿੱਚੀ। ਤੁਸੀਂ ਦੇਖ ਰਹੇ ਹੋ ਕਿਸਾਨ ਪਾਕਿਸਤਾਨ ਯੂਟਿਊਬ ਔਰ ਫੇਸਬੁੱਕ ਪੇਜ। ਅੱਜ ਦੀ ਵੀਡੀਓ ਵਿੱਚ ਦੋਸਤੋ ਪਿੱਛੇ ਦੇਖ ਰਹੇ ਹੋ ਜਨਾਬ ਦਬੰਗ ਸ਼ਰੀਫ ਅਤੇ ਨਾਲ 385 ਦੋਵੇਂ ਟਰੈਕਟਰ ਹੀ 85 ਉਸ ਨਿਊਲੈਂਡ ਦਾ ਦਬੰਗ ਅਤੇ ਮਿਲਰ ਟਰੈਕਟਰ ਦਾ 385 ਡਬਲ ਡਿਸਕ ਮੁਕਾਬਲਾ ਹੈ ਜਨਾਬ। ਤੁਹਾਨੂੰ ਚੈੱਕ ਕਰਾਉਣੇ ਆ 385 ਕੀ ਕਾਰਗਰਦਗੀ ਦਿਖਾਉਂਦਾ ਡਬਲ ਡਿਸਕ 'ਤੇ। ਅਤੇ ਜਨਾਬ ਪਹਿਲੇ ਜਿਹੜੀ ਹੈ ਨਾ ਗੋਬਲ ਉਹ ਜਨਾਬ ਪਾਈ ਜਾ ਰਹੀ ਹੈ 385 ਦੇ ਪਿੱਛੇ, ਅਤੇ ਡਬਲ ਡਿਸਕ ਜਨਾਬ ਪਿੱਛੇ ਇੱਕ ਸੰਗਲਾਂ ਨਾਲ ਡਿਸਕ ਬੰਨੀ ਆਉਂਦੇ ਨੇ। ਗੋਬਲ ਕਿੰਨੇ ਤਵੇ ਹੈਗੇ ਨੇ? 1, 2, 3, 4, 5, 6, 7, 8, 9 18 ਤਵੇ ਅਗਲੀ ਗੋਬਲ ਹੈ, ਅਤੇ ਪਿਛਲੇ ਤਵੇ ਕਿੰਨੇ ਗੋਬਲ ਹੈ ਕਿੰਨੀ ਹੈ? 18 ਚਲੋ, ਅਤੇ ਤਕਰੀਬਨ ਗੋਬਲਾਂ ਜਿਹੜੀਆਂ ਉਹ ਬਰਾਬਰ ਦੀਆਂ ਹੀ ਹੈਗੀਆਂ ਜੀ। ਤਵੇ ਜਿਹੜੇ ਹਨ ਨਾ ਉਹ ਤਕਰੀਬਨ ਬਰਾਬਰ ਦੇ ਹੀ ਹੈਗੇ ਆ ਜੀ, ਠੀਕ ਹੈ ਜੀ। ਅਤੇ ਪਿੱਛੇ ਜਿਹੜਾ ਨਾ ਪਿਛਲੀ ਗੋਬਲ ਦੇ ਦੋ ਸੁਰਾਖ ਛੱਡੇ ਹੋਏ ਆ, ਅਤੇ ਅਗਲੀ ਗੋਬਲ ਦੇ ਸੁਰਾਖ ਛੱਡੇ ਹੋਏ ਆ 3, ਠੀਕ ਹੈ ਜੀ। ਬਸ਼ਾ ਡਰਦਾ ਪਿਆ ਵੀ ਕਿਧਰੇ ਮੇਰੀ ਗੋਬਲ ਨਾ ਟੁੱਟ ਜਾਵੇ। ਹਾਏ 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 385 ਆ। ਇੱਕ ਵਾਰੀ ਚੈੱਕ ਕਰਨਾ ਹੈ ਵੀ ਇੱਥੇ ਉਹ ਕੀ ਕਰਦਾ ਹੈ। ਇੱਥੇ ਜਨਾਬ 385 ਇੱਕ ਵਾਰ ਗਿਆ ਖੜੋ। ਇੱਥੋਂ ਆਪਾਂ ਪਾਉਣੇ ਆ ਜਨਾਬ ਦਬੰਗ ਸ਼ਰੀਫ, ਦਬੰਗ 85 NH 85 ਹਾਊਸ ਪਾਵਰ ਡਬਲ ਗੋਬਲ ਹੈ ਜਨਾਬ।
ਪਹਿਲੇ ਹਾਈ ਗੇਅਰ ਦੇ ਵਿੱਚ ਜਨਾਬ ਚੱਲ ਵੀ ਆ ਦਬੰਗ, ਚੱਲ ਬੰਨੇ ਦੇ ਉੱਤੇ ਝਾੜਦੀ ਸੀ ਇਸਨੂੰ। ਵੀਡੀਓ ਦੋਸਤੋ ਕਾਫੀ ਲੰਬੀ ਹੋ ਗਈ ਆ, ਹੁਣ ਇਸ ਤੋਂ ਅੱਗੇ ਆਪਾਂ ਇਸੇ ਜਗ੍ਹਾ ਤੋਂ ਜੋੜਾਂਗੇ 385। ਹੁਣ ਥੋੜੀ ਜਿਹੀ ਗੱਲਬਾਤ ਕਰਨੇ ਆ 385 ਦੇ ਡਰਾਈਵਰ ਨਾਲ। ਕਪੈਸਿਟੀ ਥੋੜੀ ਏ। ਕਿਵੇਂ ਕਿਵੇਂ ਕੀ ਗੱਲ ਕਰ ਰਹੇ ਹੋ? ਵੀ ਉਹਨੂੰ 4 ਲੀਟਰ ਜ਼ਿਆਦਾ ਤੇਲ ਹੈਗਾ। ਅੱਛਾ, ਇਹਦੇ ਵਿੱਚ 4 ਲੀਟਰ ਘੱਟ। ਇਹ ਵੀ 85 ਹੌਸ ਪਾਵਰ ਆ, ਉਹ ਵੀ 85 ਹੌਸ ਪਾਵਰ। ਲੇਕਿਨ ਇੰਜਨ ਜਿਹੜਾ ਚੈਂਬਰ ਤੋਂ ਫਰਕ ਪਾਇਆ ਹੈ। ਚੈਂਬਰ ਵੀ ਛੋਟਾ ਜਿਹਾ, ਤੇਲ ਦੇ ਸਿਰ ਤੇ ਜਿਹੜਾ ਵੀ ਟਰੈਕਟਰ ਚਿਕਾਈ ਕਰਦਾ। ਹਾਂ,
ਤੇਲ ਦੇ ਸਿਰ ਤੇ ਉਹ ਇੰਜਨ ਪਾਵਰ ਜ਼ਿਆਦਾ ਦੇ ਰਹੀ ਹੈ, ਇਹਦੀ ਪਾਵਰ ਘੱਟ ਹੈਗੀ ਹੈ, ਲੇਕਿਨ ਹਾਰਸ ਪਾਵਰ ਜਿਹੜਾ ਵੀ ਦੇਖੋ ਜਿਹੜਾ 385 ਜਿਹੜਾ ਪਾਵਰ ਹੈਗੀ ਹੈ, ਤੇਲ ਘਟਾ ਦਿੱਤਾ, ਹੁਣ ਤੁਸੀਂ ਲਿਆਓ 385।